ਪੰਜਾਬੀ ਮੂਵੀ ਬੀਬੀ ਰਜਨੀ ਜਿੱਥੇ ਕਿ 30 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੋ ਸਾਡੇ ਨਾਲ ਜਸ ਬਾਜਵਾ ਮੌਜੂਦ ਨੇ, ਸੋ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਜਿਹੜੇ ਪੰਜਾਬੀ ਗਾਇਕ ਨੇ। ਸੋ ਇਹ ਕਿ 30 ਤਰੀਕ ਨੂੰ ਜਿਹੜੀ ਕਿ ਮੂਵੀ ਰਿਲੀਜ਼ ਕੀਤੀ ਜਾ ਰਹੀ ਹੈ। ਸੋ ਮੈਡਮ ਹਾਂਜੀ ਹਾਂਜੀ ਜ਼ਰੂਰ, ਬਸ 30 ਤਰੀਕ ਨੂੰ ਫਿਲਮ ਬੀਬੀ ਰਜਨੀ ਵਰਲਡ ਵਾਈਡ ਰਿਲੀਜ਼ ਹੋ ਜਾਣੀ ਹੈ ਜੀ। ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਪਦੇ ਬੱਚਿਆਂ ਨਾਲ, ਕਿਉਂਕਿ ਆਪਣੇ ਇਤਿਹਾਸ ਦੀ ਗੱਲ ਹੈ, ਆਪਦੇ ਪਰਿਵਾਰਾਂ ਨਾਲ ਜ਼ਰੂਰ ਦੇਖ ਕੇ ਆਇਓ, ਤਾਂ ਜੋ ਅੱਗੇ ਲਈ ਹੋਰ ਇੱਦਾਂ ਦੀਆਂ ਫਿਲਮਾਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਔਰ ਪੱਟੀ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ, ਅੱਜ ਬੀਬੀ ਰਜਨੀ ਜੀ ਦੇ ਸਥਾਨ 'ਤੇ ਪਹੁੰਚੇ ਹਾਂ, ਬੜਾ ਸਹਿਯੋਗ ਕੀਤਾ ਔਰ ਬਹੁਤ ਸਤਿਕਾਰ ਦਿੱਤਾ। ਅੱਗੇ ਲਈ ਵੀ ਅਸੀਂ ਇਤਿਹਾਸਿਕ ਫਿਲਮਾਂ ਇੱਦਾਂ ਹੀ ਲੈ ਕੇ ਆਉਂਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਹਾਂਜੀ ਭਾਅ ਜੀ, ਇਸ ਤਰ੍ਹਾਂ ਦੇਖਦੇ ਜੀ ਬੀਬੀ ਰਜਨੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਮੌਜੂਦ ਹਾਂ। ਹਾਂਜੀ, ਅੱਜ ਦਾ ਜਿਹੜਾ ਹੈਗਾ ਜੀ ਪ੍ਰੋਗਰਾਮ, ਜਿਹੜੀ ਇਤਿਹਾਸਿਕ ਫਿਲਮ ਬੀਬੀ ਰਜਨੀ ਜੀ ਦੀ ਟਾਈਮ ਬਣਾਈ ਹੋਈ ਆ, ਉਹਨਾਂ ਨੂੰ ਪ੍ਰਮੋਟ ਕਰਨ ਲਈ ਗੁਰਦੁਆਰਾ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਕਰਨ ਲਈ ਪੱਟੀ ਆ ਰਹੇ ਜੀ। ਹਾਂ, ਫਿਲਮ ਐਕਟਰ ਯੋਗਰਾਜ ਸਿੰਘ ਜਾਂ ਜਿਨ੍ਹਾਂ ਦੇ, ਉਹਨਾਂ ਦੱਸਿਆ ਕਿ ਐਕਟਰ ਨਾਲ 25 ਬੰਦੇ ਹੋਰ ਜਿਹੜੇ ਪੱਟੀ ਪਹੁੰਚ ਰਹੇ ਨੇ, ਉੱਥੇ ਸੰਗਤ ਨੂੰ ਇਕੱਤਰ ਕਰਕੇ ਨਾਲ ਕਿ ਫਿਲਮ ਦੀ ਪ੍ਰਮੋਸ਼ਨ ਵੀ ਹੋ ਜਾਏਗੀ, ਨਾਲੇ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਵੀ ਹੋ ਜਾਣਗੇ। ਬਹੁਤੇ ਸਾਨੂੰ ਤਾਂ ਪਤਾ ਨਹੀਂ ਗੁਰਦੁਆਰਾ ਸਾਹਿਬ ਬੀਬੀ ਦੇਈ ਦਿੰਦਾ ਜੀ ਇਤਿਹਾਸ ਤੋਂ, ਇਹ ਫਿਲਮ ਨਾਲ ਆਲ ਵਰਲਡ ਦੇ ਵਿੱਚ ਪਤਾ ਚੱਲ ਗਿਆ ਕਿਥਾਉਣਾ ਤੇ ਬਹੁਤ ਵਧੀਆ ਗੱਲ ਕੀਤੀ ਜਾਵੇ। ਤੁਸੀਂ ਕਿੱਥੋਂ ਦੇ ਵਸਨੀਕ ਜੀ? ਆਪਾਂ ਪੱਟੀ ਦੇ ਵਸਨੀਕ ਆ, ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆ ਜੀ। ਜੇਕਰ ਗੱਲ ਕੀਤੀ ਜਾਵੇ ਖਾਸ ਤੌਰ ਤੇ ਬੀਬੀ ਰਜਨੀ ਦੀ, ਇਹ ਕੌਣ ਸਨ ਬੀਬੀ ਰਜਨੀ ਜੀ ਜਿਹੜੇ ਇਹਨਾਂ ਤੇ ਵਿਸ਼ੇਸ਼ ਤੌਰ ਤੇ ਇੱਕ ਮੂਵੀ ਤਿਆਰ ਕੀਤੀ ਜਾ ਰਹੀ ਹੈ? ਬੀਬੀ ਰਜਨੀ ਜੀ ਪੱਟੀ ਦੇ ਰਹਿਣ ਵਾਲੇ ਸੀ, ਪੱਟੀ ਦੇ ਇੱਥੋਂ ਦੇ ਰਹਿਣ ਵਾਲੇ ਵਸਨੀਕ ਸੀ। ਦੁਨੀ ਚੰਦ ਜਿਹੜਾ ਆਪਾਂ ਕਹਿੰਦੇ ਰਾਜਾ ਸੀ, ਰਾਜਾ ਤਾਂ ਨਹੀਂ ਆਪਾਂ ਕਹਿ ਸਕਦੇ, ਜਿਵੇਂ ਉਸ ਟਾਈਮ ਦੇ ਆੜਤੀਏ ਜਾਂ ਧਨਾੜ ਵਿਕਤੀ ਹੁੰਦੇ ਸੀ, ਉਹਨਾਂ ਦੀ ਇਹ ਲੜਕੀ ਸੀ ਜਿਹੜੇ ਸੀ। ਪੁੱਤਰ ਪ੍ਰਾਪਤ ਨਹੀਂ ਹੋਇਆ, 7 ਧੀਆਂ ਪ੍ਰਾਪਤ ਹੋਈਆਂ, ਤਾਂ 7ਵੀਂ ਬੀਬੀ ਰਜਨੀ ਪੈਦਾ ਹੋਈ। ਅਤੇ ਫਿਰ ਇਹਨਾਂ ਨੇ ਜਿਹੜਾ ਮੰਦਰ ਸੀ ਆਪਦਾ, ਉੱਥੋਂ ਦਾ ਪੁਜਾਰੀ ਵੀ ਕੁੱਟ ਕੇ ਭਜਾ ਦਿੱਤਾ ਹੈਗਾ ਕਿ ਗੁਰੂ ਘਰ ਨੂੰ ਨਹੀਂ ਮੰਨਦੇ। ਇਹ ਬੀਬੀ ਰਜਨੀ ਤਾਂ ਵੀ ਪੁੱਛਿਆ ਗਿਆ ਸੀ ਕਿ ਤੁਸੀਂ ਕਿਹਦਾ ਦਿੱਤਾ ਖਾਂਦੇ ਹੋ? ਸਾਰੇ ਭੈਣੇ ਕਿ ਪਿਤਾ ਜੀ ਤੁਹਾਡਾ। ਬੀਬੀ ਰਜਨੀ ਨੇ ਕਿਹਾ ਨਹੀਂ, ਮੈਂ ਉਹਦਾ ਦਿੱਤਾ ਖਾਂਦੀ। ਉਹਨਾਂ ਨੂੰ ਵਿਸ਼ਵਾਸ ਸੀ ਆਪਣੇ ਪੱਟੀ ਸਾਹਿਬ ਦੇ ਦੋ ਇਤਿਹਾਸਿਕ ਸਥਾਨ, ਬੀਬੀ ਰਜਨੀ ਜੀ ਬਾਬਾ ਬਿਧੀ ਚੰਦ ਸਾਹਿਬ ਜੀ ਦਾ, ਦੋਵੇਂ ਜਿਹੜੇ ਇਤਿਹਾਸਿਕ ਸਥਾਨ ਆ, ਵਿਸ਼ਵਾਸ ਦੇ ਹੀ ਉਹਨਾਂ ਨੂੰ ਹਰਗੋਬਿੰਦ ਸਾਹਿਬ 'ਚ ਵਿਸ਼ਵਾਸ ਸੀ, ਭੱਠ 'ਚ ਬੈਠੇ ਆ, ਬੀਬੀ ਰਜਨੀ ਗੁਰੂ ਰਾਮਦਾਸ 'ਚ ਵਿਸ਼ਵਾਸ ਸੀ। ਹਾਂਜੀ, ਪਿੰਗਲਾ ਪਤੀ ਜਿਹਨਾਂ ਦਾ ਸਹੀ ਹੋਇਆ, ਉੱਥੇ ਅੱਜ ਵੀ ਮਸਤਕ ਹੋਣ ਲਈ ਦੇਸ਼ਾਂ ਵਿਦੇਸ਼ਾਂ ਸੰਗਤਾਂ ਆ ਰਹੀਆਂ ਨੇ। ਉਸੇ ਦੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿ ਜਿਹੜੀ ਇਤਿਹਾਸ ਨੂੰ ਪ੍ਰਮੋਟ ਕਰਕੇ ਫਿਲਮ ਬਣਾਈ ਗਈ ਆ, ਅਤੇ ਬੱਚਿਆਂ ਨੂੰ ਜਾਣਕਾਰੀ ਮਿਲੇਗੀ, ਵੱਡਿਆਂ ਨੂੰ ਜਾਣਕਾਰੀ ਮਿਲੇਗੀ ਜਿਨ੍ਹਾਂ ਨੂੰ ਨਹੀਂ ਹੈਗੀ, ਤਾਂ ਵਧੀਆ ਉਪਰਾਲਾ ਜੀ। ਸਾਰੀ ਸੰਗਤ ਉਹਨਾਂ ਨੂੰ ਵੈਲਕਮ ਕਰਨ ਲਈ ਪੱਟੀ ਵਿਖੇ ਪਹੁੰਚੀ ਆ ਜੀ। ਪੱਟੀ ਸ਼ਹਿਰ ਦੇ ਲੋਕ ਕਿੰਨੇ ਖੁਸ਼ ਨੇ ਕਿ ਬੀਬੀ ਰਜਨੀ ਦੀ ਜਿਹੜੀ ਵਿਸ਼ੇਸ਼ ਤੌਰ 'ਤੇ ਇੱਕ ਮੂਵੀ ਤਿਆਰ ਹੋ ਗਈ? ਹਾਂ, ਪੱਟੀ ਸ਼ਹਿਰ ਦੇ, ਕਿਉਂਕਿ ਪੱਟੀ ਸ਼ਹਿਰ ਦੇ ਬੀਬੀ ਆ ਜੀ, ਅਤੇ ਬਹੁਤ ਲੋਕਾਂ 'ਚ ਖੁਸ਼ੀ ਭਾਵਨਾ ਵਾ, ਆ ਭਾਵਨਾ ਕਰਕੇ ਸੰਗਤ ਇੰਨੀ ਇਕੱਤਰ ਹੋਈ। ਹਜੇ ਕਿ ਬਹੁਤਾ ਮੈਸੇਜ ਨਹੀਂ ਦਿੱਤਾ ਗਿਆ, ਕੱਲ੍ਹ ਸ਼ਾਮੀ ਫੋਨ ਆਇਆ ਅਤੇ ਅਸੀਂ ਥੋੜ੍ਹਾ ਬਹੁਤਾ ਜਿੰਨਾ ਕੁ ਪ੍ਰਬੰਧ ਆਪਣੇ ਨਾਲ ਅਰੇਂਜ ਕੀਤਾ। ਅਤੇ ਮਾਤਾ ਜੀ ਮਜ਼ਦੂਰਾਂ ਨਾਲ ਗੱਲਬਾਤ ਕਰ ਲੈਂਦੇ ਆ। ਹਾਂਜੀ ਭੈਣ ਜੀ, ਕਿਸ ਤਰ੍ਹਾਂ ਦੇਖਦੇ ਜੀ ਬੀਬੀ ਰਜਨੀ ਤੇ ਵਿਸ਼ੇਸ਼ ਤੌਰ ਤੇ ਇੱਕ ਮੂਵੀ ਤਿਆਰ ਕੀਤੀ ਜਾ ਰਹੀ ਹੈ? ਹਾਂਜੀ, ਮੈਨੂੰ ਨਾ ਬਹੁਤ ਜ਼ਿਆਦਾ ਖੁਸ਼ੀ ਹੈ ਵੀ ਬੀਬੀ ਰਜਨੀ ਦੇ ਨਾਂ ਦੀ ਮੂਵੀ ਵੀ ਬਣੀ ਹੈ, ਪਰ ਥੋੜ੍ਹਾ ਜਿਹਾ ਮੈਨੂੰ ਸੋਗ ਵੀ ਹੈਗਾ ਵੀ ਸਾਡੇ ਬੀਬੀ ਰਜਨੀ ਦੇ ਇਤਿਹਾਸ ਦੇ ਵਿੱਚ ਉਹਨਾਂ ਨੇ ਕੋਈ ਵੀ ਨਹੀਂ ਲਈ, ਕੋਈ ਮਾੜਾ ਥੋੜ੍ਹਾ ਉਹਨਾਂ ਦਾ ਇਤਿਹਾਸ ਵੇਖਣਾ ਜਾਂ ਗੁਰਦੁਆਰੇ ਦੀ ਮੂਵੀ ਥੋੜ੍ਹੀ ਜਿਹੀ ਬਣਾਉਣੀ ਚਾਹੀਦੀ ਸੀਗੀ। ਪਰ ਅਸੀਂ ਇਹ ਚਾਹੁੰਦੇ ਵੀ ਜੇ ਸਾਡੇ ਵਿਊ ਲੈਂਦੇ ਆ ਕੇ ਅਤੇ ਅਸੀਂ ਦੱਸਦੇ ਵੀ ਇਸ ਸਬਰ ਸੰਤੋਖ ਨਾਲ ਕੀ ਕੀ ਮਿਲਦਾ। ਮੈਂ ਆਪਣਾ ਹੀ ਦੱਸ ਦਿੰਦੀ ਉਹਨਾਂ ਨੂੰ ਵੀ ਥੋੜ੍ਹਾ, ਅਸੀਂ ਉੱਦਣ ਆਏ ਉਹਨਾਂ ਦੀ ਟੀਮ ਆਈ, ਮੈਂ ਦੱਸਿਆ ਵੀ ਇਸ ਗੁਰਦੁਆਰੇ ਸਥਾਨ ਤੋਂ ਵੀ ਲੈ ਕੇ
ਕਿੰਨਾ ਕੁਛ ਮਿਲਦਾ ਹੈ ਵੀ ਅਸੀਂ ਮੈਂ ਤੇ ਸਬਰ ਸਿੰਘ ਜੀਰੋ ਤੋਂ ਲੈ ਕੇ ਅਸੀਂ ਅੱਜ ਤੱਕ ਕਰੋੜਾਂ 'ਚ, ਕਿਉਂਕਿ ਇਸ ਸਬਰ ਸੰਤੋਖ ਨਾਲ ਹੀ ਹੈ 20 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ, ਅਤੇ ਪਰ ਇਸ ਤੇ ਸਬਰ ਸੰਤੋਖ ਨਾਲ ਅਸੀਂ ਇੱਥੋਂ ਬਹੁਤ ਹੀ ਕੁਛ ਲਿਆ। ਮੇਰੇ ਨਾਲ ਮੇਰੇ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਸੰਗਤਾਂ ਨੇ ਬਹੁਤ ਜ਼ਿਆਦਾ ਵੀ ਮੇਰੇ ਤੋਂ ਪ੍ਰੇਰਿਤ ਹੋ ਕੇ ਵੀ ਆਪ ਇਸ ਸੰਗਤ ਸੇਵਾ ਕਰਕੇ ਸਬਰ ਸੰਤੋਖ ਰੱਖ ਕੇ ਬਹੁਤ ਜ਼ਿਆਦਾ ਵੀ ਕੁਛ ਲਿਆ ਇੱਥੋਂ। ਅਤੇ ਮੈਂ ਸਾਰੀ ਸੰਗਤ ਨੂੰ ਜਿਵੇਂ ਜੋ ਵੀ ਵੀਡੀਓ ਜਾਂ ਮੂਵੀ ਵੇਖਦਾ ਉਹਨੂੰ ਮੈਂ ਬੇਨਤੀ ਕਰਦੀ ਹਾਂ ਵੀ ਤੁਸੀਂ ਇਸ ਬੀਬੀ ਰਜਨੀ ਧੰਨ ਧੰਨ ਬੀਬੀ ਰਜਨੀ ਦੇ ਸਥਾਨ 'ਤੇ ਆ ਕੇ ਜੋ ਵੀ ਆਪਣੀ ਮੰਗ ਹੈ ਅਰਦਾਸ ਕਰੋ ਅਤੇ ਪੂਰੀ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਭਾਈਆਂ ਨੇ ਦੱਸਿਆ ਕਿ ਬੀਬੀ ਰਜਨੀ ਜੀ ਜਿਹੜੇ ਇੱਕ ਇੱਥੋਂ ਦੇ ਪੱਟੀ ਸ਼ਹਿਰ ਦੇ ਰਾਜਾ ਹੁੰਦੇ ਸਨ, ਸੋ ਉਹਨਾਂ ਦੀਆਂ ਜਿਹੜੀਆਂ 7 ਬੇਟੀਆਂ ਸੀਗੀਆਂ, ਸੋ ਉਸ ਰਾਜਾ ਨੇ ਕਿਹਾ ਕਿ ਤੁਸੀਂ ਕਿਹਦਾ ਦਿੱਤਾ ਖਾਂਦੀਆਂ ਨੇ, ਪਰ ਬੀਬੀ ਰਜਨੀ ਵੱਲੋਂ ਇਹ ਗੱਲ ਆਖੀ ਗਈ ਕਿ ਮੈਂ ਕਿਸੇ ਦਾ ਦਿੱਤਾ ਨਹੀਂ ਖਾਂਦੀ, ਮੈਂ ਉਸ ਪਰਮੇਸ਼ਰ ਦਾ ਦਿੱਤਾ ਖਾਂਦੀ ਹਾਂ। ਸੋ ਮਤਲਬ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕਿੰਨੀਆਂ ਭੈਣਾਂ ਸੀਗੀਆਂ? ਇਹ 7 ਭੈਣਾਂ ਸੀਗੀਆਂ। ਹਾਂਜੀ, ਬੀਬੀ ਸਭ ਤੋਂ ਛੋਟੀ ਬੀਬੀ ਰਜਨੀ ਸੀ, ਉਹ ਸਭ ਤੋਂ ਛੋਟੀ 7ਵੀਂ ਬੀਬੀ ਰਜਨੀ ਸੀ, ਬਾਬਾ ਦੁਨੀ ਚੰਦ ਦੀ ਬੇਟੀ ਸਭ ਤੋਂ ਛੋਟੀ ਸੀ, ਸਬਰ ਸੰਤੋਖ ਵਾਲੀ ਸੀ ਬਹੁਤ ਜ਼ਿਆਦਾ। ਅਸੀਂ ਕਹਿੰਦੇ ਇੰਨਾ ਸਬਰ ਸੰਤੋਖ ਸਾਡੇ 'ਚ ਨਹੀਂ ਹੈਗਾ, ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ, ਅਸੀਂ ਉਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ, ਪਰ ਅਸੀਂ ਵੀ ਉਹਨਾਂ ਦੀ ਪ੍ਰੇਰਿਤ ਹੋ ਕੇ ਅਸੀਂ ਬਹੁਤ ਹੀ ਕੁਛ ਪਾਇਆ। ਅਸੀਂ ਮੈਂ ਕਹਿੰਦੀ ਹਾਂ ਸੰਗਤ ਨੂੰ, ਮੈਂ ਇਹੀ ਅਰਦਾਸ ਬੇਨਤੀ ਕਰਦੀ ਹਾਂ ਵੀ ਸਾਰੀ ਸੰਗਤ ਇੱਥੋਂ ਪ੍ਰੇਰਿਤ ਹੋ ਕੇ ਮੂਵੀ ਵੇਖ ਕੇ ਵੀ ਸਾਰੇ ਇਹ ਜਿਹੜੇ ਪ੍ਰੋਡਿਊਸਰ ਜਾਂ ਡਾਇਰੈਕਟਰ ਜਿਹੜੇ ਆਏ ਆ, ਸਾਰਿਆਂ ਨੂੰ ਇਹੀ ਬੇਨਤੀ ਆ ਵੀ ਇੱਥੇ ਸਬਰ ਸੰਤੋਖ ਕਰਕੇ ਇੱਥੇ ਅਰਦਾਸ ਕਰਕੇ ਆਪਣੀ ਵੀਡੀਓ ਪੂਜ ਸ਼ੁਰੂ ਕਰਨ, ਅਤੇ ਬਹੁਤ ਹੀ ਚੜ੍ਹਦੀ ਕਲਾ ਹੋਏਗੀ।